ਲੱਗ ਰਹੀਆਂ ਬਹੁਤ, ਆ ਕਿਸੇ ਨੇ ਗੀਤ ਪਾ ਦਿੱਤਾ ਕਿ ਉਹ ਬੰਦਾ ਕਿੱਥੇ ਗਵਾਚ ਗਿਆ, ਉਹ ਫਲਾਨਾ ਹੋ ਗਿਆ। ਯਾਰ ਕੋਈ ਕਲਾਕਾਰਾਂ ਨੂੰ ਵੀ ਸਾਨੂੰ ਅਕਲ ਚਰਨੀ ਚਾਹੀਦੀ ਹੈ। ਮੈਨੂੰ ਤਾਂ ਬਹੁਤ ਘਟੀਆ ਕਹੂੰਗਾ ਇਹਨੂੰ। ਅਸੀਂ ਉਹ ਐਨ ਆਰ ਆਈ ਹਾਂ ਜਿਹੜੇ ਮਤਲਬ ਆਪਣਾ ਢਿੱਡ ਭੁੱਖਾ ਰਹਿ ਕੇ ਤੁਹਾਨੂੰ ਰਜਾਇਆ। ਕਿਸੇ ਇੱਕ ਅੱਧੇ ਬੰਦੇ ਨੂੰ ਪ੍ਰੋਬਲਮ ਹੋ ਸਕਦੀ, ਉਹ ਤੁਹਾਨੂੰ ਵੀ ਹੋ ਸਕਦੀ ਇੰਡੀਆ ਵਾਲਿਓ। ਉਹ ਤਾਂ ਤੁਹਾਨੂੰ ਜ਼ਰੂਰੀ ਤਾਂ ਨਹੀਂ ਕਿ ਫੋਰਨ 'ਚ ਆਣ ਕੇ ਹੀ ਹੋਣੀ ਆ। ਕੁਛ ਥੋੜ੍ਹਾ ਜਿਹਾ ਕੁਛ ਸ਼ਰਮ ਦੇ ਤੋਂ ਹੱਥ ਮਾਰ ਲਓ ਯਾਰ। ਕੋਈ ਲੋਕ ਇੰਨੀ ਪ੍ਰੋਬਲਮ 'ਚ ਬੈਠੇ ਨੇ, ਲੋਕ ਰੱਬ ਰੱਬ ਕਰ ਰਹੇ ਨੇ, ਲੋਕ ਵਾਹਿਗੁਰੂ ਦਾ ਨਾਂ ਲੈ ਰਹੇ ਨੇ, ਤੁਸੀਂ ਗੀਤ ਰਿਲੀਜ਼ ਕਰ ਰਹੇ ਹੈ। ਪੰਜਾਬ ਵਿੱਚ ਕਰੋਨਾ ਦਾ ਕਹਿਰ ਵਰਸ ਰਿਹਾ ਹੈ। ਅਜਿਹੇ ਵਿੱਚ ਇੱਕ ਤਬਕੇ ਵਿਚਾਲੇ ਵੱਖਰੀ ਹੀ ਜੰਗ ਛਿੜ ਗਈ ਹੈ। ਇਹ ਜੰਗ ਹੈ NRIs ਨੂੰ ਕਰੋਨਾ ਦਾ ਜ਼ਿੰਮੇਵਾਰ ਠਹਿਰਾਉਣ ਅਤੇ ਉਹਨਾਂ ਦੇ ਹੱਕ ਵਿੱਚ ਖੜਨ ਵਾਲਿਆਂ ਵਿਚਾਲੇ। ਬੀਤੇ ਦਿਨੀਂ ਸਿੱਧੂ ਮੂਸੇਵਾਲਾ ਵੱਲੋਂ ਗਾਏ ਗੀਤ ਨੂੰ ਬਲਦੇਵ ਸਿੰਘ ਪਠਲਾਵਾ ਨਾਲ ਜੋੜ ਕੇ ਦੇਖਿਆ ਜਾਣ ਲੱਗਾ ਤਾਂ ਕਈ ਲੋਕ ਸਿੱਧੂ ਦੇ ਹੱਕ ਵਿੱਚ ਅਤੇ ਕਈ ਖਿਲਾਫ ਆ ਗਏ। ਅਜਿਹੇ ਵਿੱਚ ਹੁਣ ਪੰਜਾਬੀ ਗਾਇਕ ਮਲਕੀਤ ਸਿੰਘ ਨੇ ਵੀ ਸਿੱਧੂ ਮੂਸੇਵਾਲਾ ਸਣੇ NRIs ਨੂੰ ਕਰੋਨਾ ਦਾ ਜ਼ਿੰਮੇਵਾਰ ਦੱਸਣ ਵਾਲਿਆਂ ਖਿਲਾਫ ਰੱਜ ਕੇ ਭੜਾਸ ਕੱਢੀ ਹੈ। ਮਲਕੀਤ ਸਿੰਘ ਮੁਤਾਬਕ NRIs ਨੇ ਕਰੋਨਾ ਭਾਵੇਂ ਫੈਲਾਇਆ ਹੋਵੇ ਜਾਂ ਨਾ ਫੈਲਾਇਆ ਹੋਵੇ, ਪਰ ਪੰਜਾਬ ਵਿੱਚ ਜਿੰਨੇ ਵੀ ਕੰਮ ਹੁੰਦੇ ਨੇ ਉਹ NRIs ਦੇ ਸਦਕਾ ਹੀ ਹੁੰਦੇ ਨੇ। ਨੋਟਿਸ ਵਿੱਚ ਆਇਆ ਕਿ ਬਹੁਤ ਸਾਰੀ NRI ਜਿਹੜੇ ਨੇ ਉਹ ਇੰਡੀਆ 'ਚ ਫਸ ਗਏ ਕਿਉਂਕਿ ਏਅਰ ਇੰਡੀਆ ਨੇ ਫਲਾਈਟਾਂ ਕੈਂਸਲ ਕੀਤੀਆਂ। ਔਰ ਬਹੁਤ ਮਾੜੀ ਗੱਲ ਕੀਤੀ ਕਿਉਂਕਿ ਉਹਨਾਂ ਨੇ ਜਦੋਂ ਏਅਰ ਇੰਡੀਆ ਨੇ ਫਲਾਈਟਾਂ ਕੈਂਸਲ ਕੀਤੀਆਂ ਉਹਨਾਂ ਨੂੰ ਨੋਟਿਸ ਦੇਣਾ ਚਾਹੀਦਾ ਸੀ, ਜਾਂ ਉਹਨਾਂ ਨੂੰ ਮਤਲਬ ਜਿਹੜੀਆਂ ਫਲਾਈਟਾਂ ਸੀਗੀਆਂ ਉਹ ਦੂਸਰੇ ਦੇ ਵਿੱਚ ਕਨਵਰਟ ਕਰ ਦੇਣੀਆਂ ਚਾਹੀਦੀਆਂ ਸੀ। ਦੂਸਰੀਆਂ ਫਲਾਈਟਾਂ ਜਾਂਦੀਆਂ ਰਹੀਆਂ, ਐਮੀਰੇਟਸ ਹਲੇ ਤੱਕ ਵੀ ਚੱਲਦੀ ਰਹੀ ਹੈ। ਐਂਡ ਬਹੁਤ ਸਾਰੇ NRI ਸਾਡੇ ਜਿਹੜੇ ਭਰਾ ਨੇ, ਭੈਣਾਂ ਨੇ, ਬਜ਼ੁਰਗ ਨੇ, ਉਹ ਇੰਡੀਆ ਦੇ ਵਿੱਚ ਫਸ ਗਏ ਕਿਉਂਕਿ ਫਲਾਈਟਾਂ ਹੀ ਬੰਦ ਹੋ ਗਈਆਂ, ਦਿੱਲੀ ਏਅਰਪੋਰਟ ਹੀ ਬੰਦ ਹੋ ਗਿਆ। ਸੋ ਉਹਦੇ ਕਰਕੇ ਹੁਣ ਇੱਕ ਨਵੀਂ ਗੱਲ ਮੈਂ ਸੁਣੀ ਆ, ਕਈ ਆਰਟਿਸਟ ਜਿਹੜੇ ਉਹ ਗੀਤ ਬਣਾ ਰਹੇ ਨੇ, ਜੋਕ ਬਣਾ ਰਹੇ ਨੇ NRIs 'ਤੇ। ਬਹੁਤ ਮਾੜੀ ਗੱਲ ਹੈ ਯਾਰ, ਬਹੁਤ ਹੀ ਘਟੀਆ ਗੱਲ ਹੈ। ਮੈਨੂੰ ਤਾਂ ਬਹੁਤ ਘਟੀਆ ਕਹੂੰਗਾ ਇਹਨੂੰ। ਅਸੀਂ ਉਹ NRI ਹਾਂ ਜਿਹੜੇ ਮਤਲਬ ਆਪਣਾ ਢਿੱਡ ਭੁੱਖਾ ਰਹਿ ਕੇ ਤੁਹਾਨੂੰ ਰਜਾਇਆ, ਭੁੱਖੇ ਰਹਿ ਕੇ ਪੰਜਾਬ ਦਾ ਸੋਚਿਆ, ਪੰਜਾਬ 'ਚ ਹਰ ਚੀਜ਼ ਜਿਹੜੀ ਕੀਤੀ ਹੈ। ਸਕੂਲਾਂ 'ਚ ਅਸੀਂ ਮੋਰੇ ਗੁਰਦੁਆਰਾ ਸਾਹਿਬ ਬਣਾਉਣਾ, ਉੱਥੇ ਅਸੀਂ ਕੋਈ ਧਾਰਮਿਕ ਪ੍ਰੋਗਰਾਮ ਕਰਨੇ, ਉੱਥੇ ਮੇਲੇ ਕਰਾਉਣੇ, ਉਹ ਉੱਥੇ। ਇਹ NRI ਕਰਕੇ ਹੋ ਰਿਹਾ ਸਾਰਾ ਕੁਛ। ਜੇ NRI ਹੁਣ ਅੱਜ ਫਸੇ ਨੇ ਜਾਂ ਕੋਈ ਹੋਰ ਰਿਹਾ, ਕਿਸੇ ਨੇ ਲਿਖਿਆ NRI ਵਰਸਿਸ ਪੰਜਾਬ ਜਾਂ ਕੋਈ ਹੋਰ, ਇਹਨਾਂ ਨੂੰ ਪੰਜਾਬ 'ਚੋਂ ਬਾਹਰ ਕੱਢੋ, ਇਹਨਾਂ ਨੂੰ ਆਹ ਕਰੋ, ਇਹ ਬਹੁਤ ਬਹੁਤ ਹੀ ਘਟੀਆ ਗੱਲ ਹੈ, ਬਹੁਤ ਮਾੜੀ ਗੱਲ ਹੈ। NRI ਜਿੰਨੇ ਵੀ ਪੰਜਾਬ 'ਚ ਨੇ, ਬਹੁਤ ਅਸੀਂ ਵੀ ਬਾਹਰ ਬੈਠੇ ਜਿਹੜੇ ਬਹੁਤ ਫਿਕਰਮੰਦ ਹੈ ਉਹਨਾਂ ਲਈ। ਔਰ ਜਿਹੜੀ ਪੰਜਾਬ ਦੀ ਜਿਹੜੀ, ਚਲੋ ਆਪ ਪਰਮਾਤਮਾ ਕਰੇ ਅਫਵਾਹ ਹੀ ਹੋਵੇ, ਸਾਊਥ ਹਾਲ ਵਾਲਿਆਂ ਨੂੰ ਕਹਿੰਦੇ ਜੀ ਤੁਸੀਂ ਸਾਊਥ ਹਾਲ ਵਾਲੇ, ਤੁਹਾਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਕਿ ਮਤਲਬ ਉਹਨਾਂ ਲਈ ਗਲਤ ਜੋਕ ਬਣਾਏ ਜਾਂਦੇ ਨੇ NRIs ਲਈ, ਵੀ ਪਿੰਡ ਨਹੀਂ ਬਣ ਦੇਣਾ ਜਾਂ ਇਹਨਾਂ ਤੋਂ ਦੂਰ ਰਹੋ। ਔਰ ਇੱਕ ਕੱਲ੍ਹ ਕਿਸੇ ਨੇ ਮਿਨਿਸਟਰ ਨੇ, ਹੁਣ ਮੈਂ ਨਾਂ ਨਹੀਂ ਲਊਂਗਾ, ਕਰਕੇ ਉਹਨਾਂ ਨੇ ਲੈਤਾ ਕਿ NRI ਦੇ ਪਾਸਪੋਰਟ ਹੀ ਜਿਹੜੇ ਆ ਉਹ ਕੈਂਸਲ ਕਰ ਦੇਣੇ ਚਾਹੀਦੇ, ਕਰ ਦਿਆਂਗੇ ਜੋ ਬਾਹਰ ਨਹੀਂ ਨਿਕਲੇ ਜਾਂ ਕੁਛ ਨਹੀਂ ਹੋਇਆ। NRI ਯਾਰ ਕਮਾਲ ਦੀ ਗੱਲ ਹੈ, ਜੇ ਉਹ ਸਾਰਿਆਂ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਹੋ ਗਈ, ਕਿਸੇ ਇੱਕ ਅੱਧੇ ਬੰਦੇ ਨੂੰ ਪ੍ਰੋਬਲਮ ਹੋ ਸਕਦੀ, ਉਹ ਤੁਹਾਨੂੰ ਵੀ ਹੋ ਸਕਦੀ ਇੰਡੀਆ ਵਾਲਿਓ। ਉਹ ਤਾਂ ਤੁਹਾਨੂੰ ਜ਼ਰੂਰੀ ਤਾਂ ਨਹੀਂ ਕਿ ਫੋਰਨ 'ਚ ਆਣ ਕੇ ਹੀ ਹੋਣੀ ਹੈ, ਇਹ ਤਾਂ ਇੱਕ ਤੁਸੀਂ ਲੋਕ ਵੀ, ਇੰਡੀਆ ਦੇ ਕਿੰਨੇ ਲੋਕ ਜਿਹੜੇ ਚਾਈਨਾ ਨਾਲ ਬਿਜ਼ਨਸ ਕਰਦੇ ਨੇ, ਜਿਹੜੇ ਮਤਲਬ ਤੁਸੀਂ ਉੱਥੇ ਚਾਈਨਾ ਨਾਲ ਜਾਂਦੇ ਆ ਜਾਂ ਏਅਰਪੋਰਟਾਂ 'ਤੇ ਜਾਂਦੇ ਆ, ਜਦੋਂ ਏਅਰਪੋਰਟ 'ਤੇ ਜਾਂਦੇ ਆ ਇੱਕ ਦੂਸਰੇ ਤੋਂ ਕੁਛ ਨਾ ਕੁਛ ਪ੍ਰੋਬਲਮ ਹੋ ਸਕਦੀ ਹੈ, ਕਿਸੇ ਨੂੰ ਵੀ ਹੋ ਸਕਦੀ ਹੈ। ਪਰ ਕਿਸੇ ਇੱਕ ਬੰਦੇ ਨੂੰ ਕਹਿਣਾ ਜਾਂ NRIs ਨੂੰ ਹੀ ਕਹਿਣਾ
ਕਿ ਨਹੀਂ ਇਹਨਾਂ ਕਰਕੇ ਪੰਜਾਬ ਦੇ ਵਿੱਚ ਪ੍ਰੋਬਲਮ ਹੋਈ ਆ ਜਾਂ ਇੰਡੀਆ 'ਚ ਇਹਨਾਂ ਕਰਕੇ ਪ੍ਰੋਬਲਮ ਹੋਈ ਆ, ਬਹੁਤ ਘਟੀਆ ਗੱਲ ਹੈ, ਬਹੁਤ ਮਾੜੀ ਗੱਲ ਹੈ। ਮੈਂ ਤਾਂ ਬਹੁਤ ਖੰਡਨ ਕਰੂੰਗਾ ਇਹਦਾ, ਬਹੁਤ ਗਲਤ ਕਹੂੰਗਾ ਇਹ ਤੋਂ ਕਿ NRI ਜਿਹੜੇ ਉਹ ਸਾਰੇ ਨਹੀਂ, ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੋ ਗਈ ਜਾਂ ਕੁਛ ਹੋ ਗਿਆ ਜਾਂ ਕਿਸੇ ਨੂੰ ਉੱਥੋਂ ਇੰਡੀਆ ਤੋਂ ਵੀ ਲੈ ਸਕਦਾ ਉਹ ਬਿਮਾਰੀ। ਸੋ ਬਹੁਤ ਕੇਅਰਫੁੱਲ ਹੋ ਕੇ ਰਹੋ। ਔਰ NRI ਜਿੱਥੇ ਅਸੀਂ ਹੁਣ ਜਿੱਥੇ ਇੱਥੇ ਫੋਰਨ ਦੇ ਵਿੱਚ ਕੋਈ ਵੀ ਬਜ਼ੁਰਗ ਹੈ ਜਾਂ ਕੋਈ ਬੰਦਾ ਇਕੱਲਾ ਉਹਨੂੰ ਲੋਕਾਂ ਦੀ ਉਹਨੂੰ ਫੂਡ ਪਹੁੰਚਾ ਰਹੇ ਨੇ ਜਾਂ ਕੁਛ ਵੀ ਆ, ਮੈਂ ਬੇਨਤੀ ਕਰੂੰਗਾ ਕੋਈ ਵੀ NRI ਨੂੰ ਕੋਈ ਗਲਤ ਬੰਦਾ ਨਾ ਕੋਈ ਗੱਲ ਕਹੇ। ਔਰ ਜੇ ਕੋਈ ਬਜ਼ੁਰਗ ਜਾਂ ਕੋਈ ਕਿਸੇ ਤਰ੍ਹਾਂ ਵੀ ਉਹ ਕਿਸੇ ਨੂੰ ਕੋਈ ਹੈਲਪ ਚਾਹੀਦੀ ਆ, ਉੱਥੇ ਜਾ ਕੇ ਉਹਦੀ ਹੈਲਪ ਕਰੋ। ਤੁਸੀਂ ਐਡੀ ਛੇਤੀ ਉਹਨੂੰ ਮਤਲਬ ਉਹਦੇ ਤੋਂ ਨਹੀਂ ਲੈ ਸਕਦੇ। ਸੋ ਪਲੀਜ਼ ਪਲੀਜ਼, ਇਹ ਬਹੁਤ ਗਲਤ ਗੱਲ ਆ। ਅਸੀਂ NRIs ਨੇ ਬਹੁਤ ਕਹਿੰਦੇ ਹੁੰਦੇ ਆ ਮਿਹਨਤਾਂ ਦੇ ਨਾਲ 15-15 18-18 ਘੰਟੇ ਕੰਮ ਕਰਕੇ ਪੰਜਾਬ ਨੂੰ ਬਹੁਤ ਖੂਬਸੂਰਤ ਬਣਾਇਆ, ਬਹੁਤ ਪੰਜਾਬ ਦੀ ਹੈਲਪ ਕੀਤੀ ਹੈ, ਬਹੁਤ ਪੰਜਾਬ ਦੇ ਸਾਰੇ ਕੰਮ ਕੀਤੇ ਨੇ। ਔਰ ਤੁਸੀਂ ਹੁਣ NRIs ਬਾਰੇ ਕੋਈ ਗਲਤ ਨਹੀਂ ਗੱਲ ਕਹਿਣੀ, ਪਲੀਜ਼। ਤੁਹਾਡੇ ਹੀ ਭੈਣ ਭਰਾ ਨੇ ਸਾਰੇ, ਔਰ ਜਿਹੜੇ ਤੁਹਾਡੇ ਬੱਚੇ ਇੱਥੇ ਨੇ, ਤੁਹਾਡੇ ਹੋਰ ਪਰਿਵਾਰ ਇੱਥੇ ਬਾਹਰ ਨੇ ਜਿਹੜੇ ਪੱਕੇ ਨੇ, ਉਹ NRIs ਵੀ ਉਹਨਾਂ ਦੀ ਬਹੁਤ ਮਦਦ ਕਰ ਰਹੇ ਨੇ। ਉਹਨਾਂ ਕੋਲ ਹੁਣ ਪੈਸੇ ਨਹੀਂ ਆਇਆ, ਉਹਨਾਂ ਕੋਲ ਬੱਚਿਆਂ ਕੋਲ ਘਰ ਨਹੀਂ ਆਇਆ, ਉਹਨਾਂ ਦੀ ਬਹੁਤ ਮਦਦ ਕਰ ਰਹੇ ਆ। ਤੁਸੀਂ ਵੀ ਮਤਲਬ ਜਿਹੜੇ ਆ ਉਹ NRIs ਦੀ ਮਦਦ ਕਰੋ, ਬਜਾਏ ਉਹਨਾਂ ਨੂੰ ਕੋਈ ਤਾਨੇ ਮਿਲਣੇ ਜਾਂ ਇਹ ਪਿੰਡ 'ਚ ਨਹੀਂ ਵੜ ਸਕਦੇ ਜਾਂ ਇਹ ਕੋਈ ਫਲਾਨਾ ਨਹੀਂ ਹੋ ਸਕਦਾ। ਬਹੁਤ ਗਲਤ ਗੱਲ ਹੈ, ਬਹੁਤ ਗਲਤ ਗੱਲ ਹੈ। ਅਸੀਂ ਸਾਡੇ ਜਿੰਨੇ ਵੀ NRI ਵੀ ਇੱਥੇ ਪੰਜਾਬ 'ਚ, ਕੈਨੇਡਾ ਤੋਂ ਮੈਨੂੰ ਪਤਾ ਲੱਗਿਆ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਿਉਂਕਿ ਫਲਾਈਟਾਂ 'ਚ ਕੈਂਸਲ ਹੋ ਗਈਆਂ, ਉਹ ਕਿਤੇ ਜਾ ਨਹੀਂ ਸਕਦੇ। ਅਤੇ ਵੈਸੇ ਵੀ ਕਿਉਂਕਿ ਇੰਨੇ ਖਤਰਨਾਕ ਮਾਹੌਲ ਦੇ ਵਿੱਚ ਜਿਹਦਾ ਅੱਧਾ ਪਰਿਵਾਰ ਇੰਡੀਆ 'ਚ ਬੈਠਾ ਜਾਂ ਜਿਹੜੇ ਜਾ ਕੇ ਉੱਥੇ ਇੰਡੀਆ ਫਸ ਗਏ ਨੇ, ਔਰ ਬਾਕੀ ਦਾ ਪਰਿਵਾਰ ਜਿਹੜਾ ਇੱਥੇ ਬਾਹਰ ਬੈਠਾ, ਉਹ ਦੋਨਾਂ ਪਰਿਵਾਰਾਂ ਨੂੰ ਕਿੰਨੀ ਟੈਨਸ਼ਨ ਹੋਊਗੀ ਕਿ ਕਦੋਂ ਆਉਣਗੇ, ਕਿੰਨੀ ਚਿੰਤਾ ਦੀ ਗੱਲ ਕਿ ਵਿਸ਼ਾ ਹੈ ਇਹ। ਔਰ ਤੁਸੀਂ ਉੱਤੋਂ ਮਤਲਬ ਉਹਨਾਂ ਨੂੰ ਤਾਨੇ ਮਿਹਣੇ ਮਾਰ ਰਹੇ ਹੈ, ਇਹ ਬਹੁਤ ਗਲਤ ਗੱਲ ਹੈ। ਬਹੁਤ ਫੋਟੋਆਂ ਲੱਗ ਰਹੀਆਂ, ਬਹੁਤ ਆ ਕਿਸੇ ਨੇ ਗੀਤ ਪਾ ਦਿੱਤਾ ਕਿ ਉਹ ਬੰਦਾ ਕਿੱਥੇ ਗਵਾਚ ਗਿਆ, ਉਹ ਪਲਾਨਾ ਹੋ ਗਿਆ। ਯਾਰ ਕੋਈ ਕਲਾਕਾਰਾਂ ਨੂੰ ਵੀ ਸਾਨੂੰ ਅਕਲ ਕਰਨੀ ਚਾਹੀਦੀ ਹੈ, ਕੁਛ ਥੋੜ੍ਹਾ ਜਿਹਾ ਕੁਛ ਸ਼ਰਮ ਦੇ ਤੋਂ ਹੱਥ ਮਾਰ ਲਓ ਯਾਰ ਕੋਈ। ਤੁਸੀਂ ਬਿਮਾਰੀਆਂ ਦੇ ਗੀਤ ਬਣਾਉਣੇ ਸ਼ੁਰੂ ਕਰ ਦਿੱਤੇ, ਬਹੁਤ 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 ਘਟੀਆ ਗੱਲ ਹੈ ਯਾਰ, ਬਹੁਤ ਘਟੀਆ ਗੱਲ ਹੈ। ਪਲੀਜ਼ ਮੈਂ ਤਾਂ ਕਹਿੰਦਾ ਕਿਸੇ ਨੂੰ ਇਸ ਟਾਈਮ ਦੇ ਵਿੱਚ ਗੀਤ ਰਿਲੀਜ਼ ਹੀ ਨਹੀਂ ਕਰਨਾ ਚਾਹੀਦਾ ਕੋਈ ਵੀ। ਲੋਕ ਇੰਨੀ ਪ੍ਰੋਬਲਮ 'ਚ ਬੈਠੇ ਨੇ, ਲੋਕ ਰੱਬ ਰੱਬ ਕਰ ਰਹੇ ਨੇ, ਲੋਕ ਵਾਹਿਗੁਰੂ ਦਾ ਨਾਂ ਲੈ ਰਹੇ ਨੇ, ਤੁਸੀਂ ਗੀਤ ਰਿਲੀਜ਼ ਕਰ ਰਹੇ ਹੈ। ਬਹੁਤ 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 ਅਪਸੈਟ ਵਾਲੀ ਗੱਲ ਹੈ ਇਹ। ਇੱਕ ਤਾਂ ਉੱਤੋਂ ਬਹੁਤ ਖਤਰਨਾਕ ਬਿਮਾਰੀ ਨਾਲ ਸਾਰੇ ਜੂਝ ਰਹੇ ਨੇ, ਸਾਰਿਆਂ ਦੀ ਮੌਤ ਜਿਹੜੀ ਕਹਿੰਦੇ ਨੇ ਉਹ ਸਿਰ 'ਤੇ ਮੰਡਰਾ ਰਹੀ ਹੈ। ਕੁਛ ਸ਼ਰਮ ਹਯਾ ਕਰੋ, ਕੀਟ ਗੂਤ ਕੋਈ ਵੀ ਕੱਢਣ ਦੀ ਬਜਾਏ ਕੋਈ ਰੱਬ ਦਾ ਨਾਂ ਕਰ ਲਵੋ, ਕੋਈ ਅੰਦਰ ਵੜ ਕੇ ਬੈਠ ਜਾਓ, ਥੋੜ੍ਹਾ ਜਿਹਾ ਅਕਲ ਨੂੰ ਹੱਥ ਮਾਰੀਏ, ਥੋੜ੍ਹਾ ਜਿਹਾ ਅਕਲ ਨੂੰ ਹੱਥ ਮਾਰੀਏ। ਸਾਰੀ ਗੱਲ ਜਿਹੜੀ ਯੋਗ 'ਚ ਹੀ ਨਹੀਂ ਹੁੰਦੀ, ਹਰ ਗੱਲ ਜਿਹੜੀ ਆ ਉਹ ਇਹ ਨਹੀਂ ਹੈਗਾ ਕਿ ਤੁਸੀਂ ਹਰੇਕ ਤਰ੍ਹਾਂ ਦਾ ਕੋਈ ਯੋਗ ਬਣਾਉਣਾ ਸ਼ੁਰੂ ਕਰ ਦਿਓ। ਕੁਛ ਗੱਲਾਂ ਸੀਰੀਅਸ ਵੀ ਹੋਣੀਆਂ ਚਾਹੀਦੀਆਂ, ਕੁਛ ਗੱਲਾਂ ਸਾਨੂੰ ਬਹੁਤ ਸਾਹ ਸੋਚ ਸਮਝ ਕੇ ਗੱਲਾਂ ਕਰਨੀਆਂ ਚਾਹੀਦੀਆਂ। ਇਸ ਦੌਰਾਨ ਮਲਕੀਤ ਸਿੰਘ ਭਾਵੁਕ ਵੀ ਹੋ ਗਏ। ਮਲਕੀਤ ਸਿੰਘ ਮੁਤਾਬਕ ਗਾਇਕਾਂ ਨੂੰ ਅਜਿਹੀਆਂ ਗੱਲਾਂ ਅਤੇ ਗੀਤ ਬਣਾਉਣ ਦੀ ਬਜਾਏ ਡਾਕਟਰਾਂ ਅਤੇ ਕੋਰੋਨਾ ਵਰਗੀ ਔਖੀ ਘੜੀ ਵਿੱਚ ਲੋਕਾਂ ਲਈ ਕੰਮ ਕਰ ਰਹੇ ਹੋਰਨਾਂ ਮੁਲਾਜ਼ਮਾਂ ਲਈ ਦੁਆਵਾਂ ਕਰਨੀਆਂ ਚਾਹੀਦੀਆਂ ਨੇ। ਸਾਡੇ ਇੱਥੇ NHS
ਜਿਹੜੇ ਡਾਕਟਰ ਕੰਮ ਕਰਦੇ ਨੇ, ਤੁਹਾਨੂੰ ਪਤਾ 24-24 ਘੰਟੇ ਵਿਚਾਰੇ ਕੰਮ ਕਰਦੇ, 12-12 ਘੰਟੇ, 16-16 ਘੰਟੇ ਕੰਮ ਕਰਦੇ। ਆਈ ਰੀਅਲੀ ਸਲੂਟ ਯੂ ਆ, ਜਿੰਨੇ ਡਾਕਟਰ, ਜਿੰਨੇ ਨਰਸਿਸ, ਜਿੰਨੇ ਐਮਰਜੈਂਸੀ ਵਾਰਡ 'ਚ ਕੰਮ ਕਰਦੇ ਬੰਦੇ, ਜਿੰਨੇ ਤੁਸੀਂ ਮਤਲਬ ਐਂਬੂਲੈਂਸਾਂ ਵਾਲੇ, ਦੁਨੀਆ ਦੇ ਵਿੱਚ ਵੀ ਜਿੱਥੇ ਵੀ ਤੁਸੀਂ, ਦੁਨੀਆ ਸਾਡੇ ਹੀ ਨਹੀਂ ਇਕੱਲੇ, ਕੈਨੇਡਾ, ਅਮੈਰੀਕਾ, ਜਿੱਥੇ ਵੀ ਸਾਡੇ ਮੁੰਡੇ ਕੁੜੀਆਂ ਬਹੁਤ ਨੇ NHS ਵਿੱਚ, ਜਾਂ ਡਾਕਟਰ ਕਿੰਨੇ ਸਾਡੇ ਆਪਣੇ ਆ। ਮਾਂ ਬਾਪ ਤਾਂ ਸਾਡਾ ਤਾਂ ਮਤਲਬ ਕਹਿੰਦੇ ਹੁੰਦੇ ਆ, ਸਾਡੀ ਵਿਸ਼ੇ ਹੁੰਦੀ ਸਾਡਾ ਮੁੰਡਾ ਜਾਂ ਕੁੜੀ ਡਾਕਟਰ ਬਣੇ। ਅਤੇ ਅੱਜ ਉਹ ਫਰੰਟ ਲਾਈਨ 'ਚ ਨੇ, ਇਹ ਬਹੁਤ ਵੱਡੀ ਲੜਾਈ ਹੈ। ਅੱਜ ਉਹ ਸਾਡੇ ਯੋਧੇ ਨੇ, ਅੱਜ ਉਹ ਸਾਡੇ ਮਿਲਟਰੀ ਦੇ, ਮਤਲਬ ਕਹਿੰਦੇ ਨਹੀਂ, ਮਿਲਟਰੀ 'ਚ ਸਭ ਤੋਂ ਮੂਹਰੇ ਖੜ੍ਹੇ ਨੇ ਉਹ। ਉਹਨਾਂ ਮੁੰਡਿਆਂ ਕੁੜੀਆਂ ਲਈ ਅਰਦਾਸਾਂ ਕਰੋ। ਤੁਹਾਨੂੰ ਦੇਖ ਕੇ, ਸੁਣ ਕੇ ਡਰ ਲੱਗਣ ਡਿਆ। ਤੁਸੀਂ ਲੋਕਾਂ ਦਾ ਜੋਕ ਬਣਾ ਰਹੇ, ਕਿਤੇ ਉਹਨਾਂ ਦਾ ਸੋਚਿਆ ਉਹ ਫਰੰਟ ਲਾਈਨ 'ਤੇ ਖੜ੍ਹੇ ਆ ਇੰਟੈਂਸਿਵ ਕੇਅਰ 'ਚ, ਜਿੱਥੇ ਕਰੋਨਾ ਵਾਲੇ ਬੰਦੇ ਨੇ ਉਹਨਾਂ ਦੀ ਟ੍ਰੀਟਮੈਂਟ ਕਰ ਰਹੇ ਹੋ। ਔਰ ਜਦੋਂ ਨਿਊਜ਼ 'ਤੇ ਦੇਖੀਦਾ ਵੀ ਉਹ ਬੰਦੇ ਪੈ ਗਲ ਗਏ, ਉਹਨਾਂ ਨੂੰ ਚੱਕ ਕੇ ਥੱਲਣਾ, ਉਹਨਾਂ ਨੂੰ ਚੱਕ ਕੇ ਉਹਨਾਂ ਦੀ ਕੇਅਰ ਕਰਨੀ, ਕਿੱਡੀ ਵੱਡੀ ਗੱਲ ਹੈ। ਸਲੂਟ ਆ ਤੁਹਾਨੂੰ, ਸਾਰੇ ਡਾਕਟਰਸ ਨੂੰ, ਨਰਸਿਸ ਨੂੰ, ਜਿੰਨੇ ਤੁਸੀਂ ਹੋਸਪਿਟਲਾਂ 'ਚ, ਜਿੰਨੇ ਤੁਸੀਂ ਜਿੱਥੇ ਵੀ ਕੋਈ ਕੰਮ ਕਰਦੇ, ਬਹੁਤ ਵੱਡੀ ਜੌਬ ਤੁਸੀਂ ਕਰ ਰਹੇ, ਬਹੁਤ ਵੱਡੀ ਜੌਬ ਕਰ ਰਹੇ। ਪਰਮਾਤ ਕਹਿੰਦੇ ਨਹੀਂ, ਸਭ ਤੋਂ ਭਲਾ ਇਨਸਾਨ ਦਾ ਇਹੀ ਹੈ, ਸਭ ਤੋਂ ਭਲਾ ਇਹੀ ਹੈ। ਤੁਸੀਂ ਐਨ ਲੜਾਈ ਦੇ ਫਰੰਟ 'ਚੋਂ, ਜਿੱਦਾਂ ਫੌਜੀ ਨਹੀਂ ਮਿਲਟਰੀ ਵਾਲੇ ਹੁੰਦੇ ਕਿ ਲੜਾਈ ਬਹੁਤ ਲੱਗੀ, ਲੜਾਈ ਨੂੰ ਤਾਂ ਚਲੋ ਬੰਦਾ ਕਹਿੰਦਾ 10 ਦਿਨਾਂ 'ਚ 15 ਦਿਨਾਂ 'ਚ ਹਾਰ ਜੂਗੀ, ਇਹ ਤਾਂ ਬਹੁਤ ਲੰਬੀ ਲੜਾਈ ਹੈ, ਇਹ ਪਤਾ ਨਹੀਂ ਹੈਗਾ ਕਿਹੜੀ ਵਾਰੀ ਕਦੋਂ ਕੀ ਆ ਜਾਣੀ ਆ, ਕਿਹਨੇ ਕਿੱਥੇ ਗਲਤੀ ਕਰ ਲੈਣੀ ਆ। ਸਾਰੀ ਪੁਲਿਸ, ਦੁਨੀਆ ਦੀ ਸਾਰੀ ਪੁਲਿਸ ਤੁਹਾਨੂੰ ਜਿੱਥੇ ਜਿੱਥੇ ਵੀ, ਕਿਹੜੀ ਜਿਹੜੀ ਮਰਜ਼ੀ ਕੰਟਰੀ ਦੇਖ ਲਓ, ਉਹ ਤੁਹਾਨੂੰ ਮਤਲਬ ਅੰਦਰ ਵਾੜ ਰਹੀ ਆ, ਤੁਹਾਡੀ ਲੁੱਕ ਆਫਟਰ ਕਰ ਰਹੀ ਆ। ਉਹ ਵਿਚਾਰੇ ਮੂੰਹ ਬੰਨ ਕੇ ਉੱਥੇ ਖੜ੍ਹੇ, ਉਹਨਾਂ ਨੂੰ ਵੀ ਕਿੰਨਾ ਖਤਰਾ। ਦੁਨੀਆ ਦੀ ਸਭ ਪੁਲਿਸ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਸਲੂਟ, ਸਾਰੀ ਦੁਨੀਆ ਦੀ ਪੁਲਿਸ ਨੂੰ। ਦੁੱਖ ਕਹਿੰਦੇ ਨਹੀਂ, ਦੁੱਖ ਬਣਾਇਆ ਅੱਧਾ ਘਟਦਾ, ਖੁਸ਼ੀ ਬਣਾਇਆ ਵੱਧਦੀ ਹੈ, ਦੁੱਖ ਬਣਾਇਆ ਘਟਦਾ। ਅਤੇ ਆਪਾਂ ਜੇ ਦੁੱਖ ਸੁੱਖ ਨਾ ਸਾਂਝਾ ਕਰਾਂਗੇ ਤਾਂ ਫਾਇਦਾ ਕੀ ਹੈ, ਸਾਡਾ ਗਾਉਣ ਦਾ ਕੀ ਫਾਇਦਾ। ਅਸੀਂ ਸਿਰਫ ਸਟੇਜਾਂ 'ਤੇ ਕਲਾਕਾਰ ਥੋੜ੍ਹਾ, ਸਾਡਾ ਤੁਹਾਨੂੰ ਕੋਈ ਦੁੱਖ ਹੈ, ਸਾਨੂੰ ਤਕਲੀਫ ਹੈ ਉਸ ਗੱਲ ਦੀ। ਕਿਸੇ ਦਾ ਕੋਈ ਡੈਥ ਹੁੰਦੀ ਹੈ, ਕਿਸੇ ਦੀ ਕੋਈ ਪ੍ਰੋਬਲਮ ਹੁੰਦੀ ਹੈ, ਸਾਨੂੰ ਸਾਡੇ ਇੱਥੇ ਦਿਲ 'ਚ ਤਕਲੀਫ ਹੁੰਦੀ ਹੈ। ਆ ਤਾਂ ਇੰਨਾ ਮਾੜਾ ਟਾਈਮ ਜਾ ਰਿਹਾ ਕਿ ਕੋਈ ਬੰਦਾ ਵੈਸੇ ਵੀ ਬਿਮਾਰ ਨਾ ਹੋਵੇ, ਰੱਬ ਕਰੇ ਕਿਸੇ ਦਾ ਸਿਰ ਨਾ ਦੁਖੇ, ਮਾੜਾ ਜਿਹਾ ਕਿਸੇ ਦਾ ਸਿਰ ਦੁਖਦਾ, ਜਾਂ ਮਾੜਾ ਜਿਹਾ ਕਿਸੇ ਨੂੰ ਖੰਘ ਆਉਂਦੀ ਆ, ਜਾਂ ਮਾੜਾ ਕੋਈ ਗੱਲ ਹੁੰਦੀ ਹੈ, ਬੰਦਾ ਇੱਕਦਮ ਕੰਨ ਚੁੱਕਦਾ ਵੀ ਕਿਤੇ ਕਰੋਨਾ ਤਾਂ ਨਹੀਂ ਹੋ ਗਿਆ। ਔਰ ਡਾਕਟਰ ਵੀ ਕਹਿੰਦੇ ਘਰ ਹੀ ਰਹੋ, ਕੋਈ ਦਵਾਈ ਨਹੀਂ, ਕੋਈ ਰੌਲਾ ਨਹੀਂ, ਕੋਈ ਰੱਪਾ ਨਹੀਂ। ਕਿਹੋ ਜਿਹਾ ਟਾਈਮ ਆ ਗਿਆ,
ਸੋ ਇਹ ਹੁਣ ਟਾਈਮ ਜਿਹੜਾ ਆ ਇਹ ਰੱਬ ਨੂੰ ਧਿਆਉਣ ਦਾ, ਸਾਰੇ ਜਣੇ ਇੱਕਜੁੱਟ ਹੋ ਜਾਓ, ਪਰਮਾਤਮਾ ਦਾ ਨਾਂ ਲਓ, ਵਾਹਿਗੁਰੂ ਦਾ ਭਾਣਾ ਮੰਨੋ, ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਦੀ ਆਪਾਂ ਕਹਿੰਦੇ ਸਰਬੱਤ ਦੇ ਭਲੇ ਦੀ ਆਪਾਂ ਅਰਦਾਸ ਕਰਦੇ ਹਾਂ, ਹੁਣ ਲੋੜ ਆ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੀ। ਆਓ ਸਾਰੇ ਇਕੱਠੇ ਹੋ ਕੇ ਸਾਰਿਆਂ ਦਾ ਹੀ ਭਲਾ ਮੰਗੀਏ। ਦੱਸ ਦਈਏ ਕਿ ਬੀਤੇ ਦਿਨੀ ਨਵਾਂ ਸ਼ਹਿਰ ਦੇ ਨੇੜਲੇ ਪਿੰਡ ਪਠਲਾਵਾ ਦੇ ਵਸਨੀਕ ਬਲਦੇਵ ਸਿੰਘ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਬਲਦੇਵ ਸਿੰਘ ਕੁਝ ਸਮਾਂ ਪਹਿਲਾਂ ਹੀ ਇਟਲੀ ਤੋਂ ਵਾਪਸ ਪਰਤਿਆ ਸੀ, ਜਿਸ ਤੋਂ ਕੁਝ ਦਿਨ ਬਾਅਦ ਬਲਦੇਵ ਸਿੰਘ ਦੀ ਕੋਰੋਨਾ ਕਾਰਨ ਮੌਤ ਹੋ ਗਈ। ਮੌਤ ਤੋਂ ਬਾਅਦ ਬਲਦੇਵ ਸਿੰਘ ਦੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ। ਬਲਦੇਵ ਸਿੰਘ ਦੇ ਕਈ ਨੇੜਲੇ ਕੋਰੋਨਾ ਪੋਜ਼ਿਟਿਵ ਨਿਕਲੇ, ਜਿਸ ਕਾਰਨ ਬਲਦੇਵ ਨੂੰ ਪੰਜਾਬ ਵਿੱਚ ਕੋਰੋਨਾ ਫੈਲਾਉਣ ਦਾ ਜ਼ਿੰਮੇਵਾਰ ਕਿਹਾ ਜਾਣ ਲੱਗਿਆ ਅਤੇ ਸਿੱਧੂ ਮੂਸੇਵਾਲਾ ਵੱਲੋਂ ਗਾਏ ਗੀਤ ਨੂੰ ਵੀ ਬਲਦੇਵ ਸਿੰਘ ਪਠਲਾਵਾ ਨਾਲ ਜੋੜ ਕੇ ਦੇਖਿਆ ਜਾਣ ਲੱਗਿਆ, ਜਿਸ ਤੋਂ ਬਾਅਦ ਹੁਣ ਲੋਕਾਂ ਦਾ ਗੁੱਸਾ ਸਿੱਧੂ ਮੂਸੇਵਾਲਾ ਖਿਲਾਫ਼ ਵੱਧਦਾ ਜਾ ਰਿਹਾ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।